बिस्मिल्लाहिर्रहमानिर्रहीम, अस्सलाम वालेकुम जी मेरी प्यारी यूट्यूब फैमिली। उम्मीद कर दें तो खैरियत साल हो गए। तो सुबह के मेरे यूट्यूब चैनल हमेशा जमे दुआ तो जीते हमेशा से रवा से रहो खुश थे बाद किसी घर परेशानियाँ अल्लाह ताला के हबीब के साथ के दूर हो। अल्लाह मेरे सारे दिली मुरादा को पूरियाँ करे, आमीन सुम आमीन। हाँ जी वीरो, आप मेरी क्यूट जी सिस्टर सारिश बड़े दिनों बाद ब्लॉग से आई गया थे, कोई गाल वगैरह करेंगी? हाँ जी वीरो, असं चले हैं मटर तोड़न, ਤਾਨੂੰ ਵੀ ਵਿਖਾਵਾਂਗੇ ਨਾਲ, ਅਸੀਂ ਨਿਮਕਾ ਵੀ ਲੈ ਕੇ ਚੱਲੇ ਹਾਂ। ਅਸੀਂ ਕਿਹਾ ਚਸਕਾ ਪੁਆਇੰਟ ਹੋ ਜਾਏਗਾ ਸਾਡਾ ਪੁਆਇੰਟ, ਤੇ ਅਸੀਂ ਤੁਹਾਨੂੰ ਬਾਅਦ ਦਾ ਵਿਊ ਵੀ ਦਿਖਾਉਂਦੇ। ਧੁੱਪ ਮਾਸ਼ਾਅੱਲਾ ਨਿਕਲੀ ਹੋਈ, ਅੱਜ ਕੋਈ ਬਦਲ ਵਗੈਰਾ ਨਹੀਂ, ਕੋਈ ਕੁਛ ਨਹੀਂ। ਗਲੀ 'ਚ ਆ ਗਿਆ ਤੇ ਸਾਰਿਸ਼ ਮੈਡਮ ਚੱਲੇ ਆ। ਹੁਣ ਕਿੱਥੇ ਚੱਲੇ ਆਪਾਂ? ਅਸੀਂ ਚੱਲੇ ਹਾਂ ਮਟਰ ਤੋੜਨ ਵਾਸਤੇ। ਮਟਰ ਤੋੜਨ ਵਾਸਤੇ ਉੱਥੇ ਕੋਈ ਲੇਬਰ ਵਗੈਰਾ ਨਹੀਂ ਹੈਗੀ, ਬਸ ਆਪਦਾ ਹੀ ਆਓ ਮਟਰ ਤੋੜਨ ਦਿਆ। ਤੇ ਮੈਂ ਕਿਹਾ ਕਿਉਂ ਨਾ ਵਿਊਰਾਂ ਨਾਲ ਤੇ ਸ਼ੇਅਰ ਕਰੀਏ, ਤੇ ਸਾਰਾ ਵਿਊ ਤੁਸੀਂ ਬਾਹਰ ਦਾ ਦੇਖ ਸਕਦੇ ਹੋ। ਤੇ ਉਹ ਦੇਖੋ ਸਾਡਾ ਸਾਹਮਣੇ ਸੂਰਜ ਮਾਸ਼ਾਅੱਲਾ ਨਿਕਲਿਆ ਹੋਇਆ ਵਾ। ਸਾਡਾ ਸੂਰਜ ਵੀ ਅੱਜ ਬਹੁਤ ਹੀ ਨਾ, ਅੱਜ ਧੁੱਪ ਵਗੈਰਾ ਨਿਕਲੀ ਹੋਈ ਆ, ਹਵਾ ਥੋੜ੍ਹੀ ਥੋੜ੍ਹੀ ਆ, ਵੀ ਜਿੰਨੀ ਕੁ ਹਵਾ ਨੂੰ ਹੋਣਾ ਚਾਹੀਦਾ ਨਾ ਓਨੀ ਕੁ ਹਵਾ ਵਾ, ਠੰਡੀ ਠੰਡੀ ਹਵਾ ਵਾ, ਬੜਾ ਮਜ਼ਾ ਆਉਂਦੀ ਆ। ਧੁੱਪ ਨਿਕਲੀ ਹੋਈ ਆ, ਸਾਰਿਸ਼ ਮੈਡਮ ਕੋਈ ਗੱਲਾਂ ਕਰ ਲਾ। ਹਾਂਜੀ ਵੀਰੋ, ਅੱਜ ਤਾਂ ਬਹੁਤ ਮਜ਼ਾ ਆਉਂਦਾ, ਮੈਂ ਤਾਂ ਬਹਿ ਕੇ ਪੜ੍ਹਨ ਦੇ ਸੀ, ਇੰਨੀ ਗਰਮੀ ਲੱਗਦੀ, ਮੈਂ ਅੰਦਰ ਜਾ ਕੇ ਪੱਖਾ ਚਲਾ ਲਿਆ। ਅੰਮੀ ਕਹਿੰਦੀ ਬਹੁਤ ਹੀ ਨਹੀਂ ਗਰਮੀ ਲੱਗਦੀ ਤੁਹਾਨੂੰ, ਨਵਾਜ਼ਾ ਦੇ ਬਿੱਲ ਤੁਸੀਂ ਜਾ ਕੇ ਦੇ। ਮੈਂ ਕਿਹਾ ਹੇ ਤਾਂ ਵੀਰਾਂ ਨੂੰ ਅਸੀਂ ਵਿਖਾਉਣਾ ਏਸੀ ਲਵਾ ਕੇ। ਇਹ ਜਿਹੜੀ ਸਾਡੀ ਸਿਸਟਰ ਆ ਨਾ, ਇਹ ਥੋੜੀ ਜਿਹੀ ਟੇਢੀ ਆ, ਗੱਲਾਂ ਜਿਹੜੀਆਂ ਨਾ ਟੇਢੀਆਂ ਟੇਢੀਆਂ, ਪਰ ਵੀਰੋ ਮੈਨੂੰ ਇੰਨੀ ਨਾ ਜਿਹੜੀਆਂ ਨਾ ਗਰਮੀ ਨਹੀਂ ਲੱਗਦੀ, ਇਹਨੂੰ ਕੋਈ ਜ਼ਿਆਦਾ ਗਰਮੀ ਲੱਗਦੀ ਆ। ਠੀਕ ਹੋ ਗਿਆ। ਇੱਦਾਂ ਸਾਡੇ ਦੇਖੋ ਮਾਲ ਵਗੈਰਾ ਡੰਗਰ ਵਗੈਰਾ ਜਿੱਥੇ ਅਸੀਂ ਰੱਖੇ ਹੋਏ ਆ, ਇਹ ਵੀ ਨਾ ਇੰਜੋਏ ਕਰ ਰਿਹਾ, ਧੁੱਪ ਸੇਕ ਰਿਹਾ ਬੜੇ ਦਿਨਾਂ ਬਾਅਦ। ਤੁਹਾਨੂੰ ਪਤਾ ਸੀ ਬੱਦਲ ਵਗੈਰਾ ਨਿਕਲੇ ਹੋਇਆ, ਅੱਲਾ ਦਾ ਕਰਮ ਆ, ਠੀਕ ਹੋ ਗਿਆ, ਬਹੁਤ ਬਹੁਤ ਕਰਮ ਆ। ਤੇ ਹੁਣ ਆਪਾਂ ਜਾ ਰਹੇ ਹਾਂ ਮਟਰਾਂ ਵੱਲ, ਬਹੁਤ ਬਹੁਤ ਜ਼ਿਆਦਾ ਮਜ਼ਾ ਆਉਣ ਵਾਲਾ ਵਾ, ਕਿਉਂਕਿ ਨਾਨੀ ਅੰਮੀ ਖਾਲਾਂ ਲੋਕ ਸਾਰੇ ਉੱਧਰ ਮਟਰ ਨਾ ਜੇ ਤੋੜੇ ਨੇ, ਉਹਨਾਂ ਕੋਲ ਬੈਠੇ ਨੇ, ਗੱਲਾਂ ਵਗੈਰਾ ਕਰ ਰਹੇ ਨੇ, ਗੱਪਾਂ ਛੱਪਾਂ ਮਾਰ ਰਹੇ ਨੇ। ਤੇ ਸਾਰਿਸ਼ ਕਹਿੰਦੀ ਪਹਿਲੇ ਆਪਾਂ ਦੁਕਾਨ ਤੋਂ ਚੀਜ਼ ਲੈ ਕੇ ਆਉਂਦੇ ਹਾਂ, ਚੀਜ਼ ਵਗੈਰਾ ਖਾਵਾਂਗੇ ਤੇ ਬੜਾ ਮਜ਼ਾ ਆਏਗਾ। ਸਾਰਿਸ਼ ਆ ਸਾਰ ਤੇ ਕਿੱਦਾਂ ਤੂੰ ਭੱਜੀ ਜਾਂਦੀ, ਇੱਧਰ ਆ ਕਰ ਗੱਲਾਂ ਵਗੈਰਾ। ਹਾਂਜੀ ਵੀਰੋ, ਨਾਲੇ ਅਸੀਂ ਇਕੱਲੇ ਇਕੱਲੇ ਨਿਮਕੋ ਵੀ ਖਾਵਾਂਗੇ। ਮੈਂ ਨਿਮਕੋ ਨਹੀਂ ਨਿਮਕੋ, ਮੈਂ ਤੇ ਸ਼ਾਦੀਆਂ ਨੂੰ ਕਿਹਾ ਵੀ ਮੈਂ ਤਾਂ ਦਸਾਂ ਦੀ ਖਾਣੀ ਆ ਤੇ ਮੈਂ ਤੇਰੇ ਨਾਲ ਵਲੋਗ ਵਿੱਚ ਆਵਾਂਗੀ। ਕਹਿੰਦੀ ਜਾਣ ਲੈ ਲਈ, ਹੁਣ ਦੇਖੀ ਆ ਵੀਰੋ ਉੱਥੇ ਜਾ ਕੇ ਤੇਰੀ ਤੇ ਇਹਦੀ ਲੜਾਈ ਹੋ ਜਾਣੀ ਆ। ਤੇਰੀ ਤੇ ਇਹਦੀ ਕੀ ਆਪਸੀ ਦੋਨਾਂ ਦੀ, ਇਹ ਮੇਰੀ ਭੈਣ ਹਿੱਲ ਗਈ, ਮੇਰੀ ਤੇ ਇਹਦੀ ਲੜਾਈ ਹੋ ਜਾਣੀ ਆ। ਤੇ ਮੈਂ ਕਹਿੰਦਾ 15 ਦੀ ਹੁਣ ਪੂਰੀ ਦੇਣੀ ਪੈਣੀ ਆ, ਤੇ ਮੇਰੇ ਨਾਲ ਬੋਲ ਲੈਣ। ਇੱਕ ਵੀਰੋ ਸ਼ਾਦੀਆਂ ਦੀ ਬਹੁਤ ਗੰਦੀ ਆਦਤ ਹੈ ਵਾ, ਮੇਰੇ ਨਾਲ ਲੜ ਪਏ ਤੂੰ ਜਲਦੀ ਬੋਲਦੀ ਨਹੀਂ ਹੈ। ਹਾਂ ਵੀਰੋ, ਇਹ ਨਾ ਹੁਣ ਮੈਂ ਚੀਜ਼ ਦੇਣੀ ਅਸੀਂ ਮਿਲ ਕੇ ਖਾਣ ਲਿਆ ਨੀ, ਤੇ ਕੋਈ ਗੱਪ ਸ਼ੱਕ ਮਾਰਨੀ, ਬੰਦੇ ਮਜ਼ਾਕ ਹੁੰਦੇ ਰਹਿੰਦੇ ਹਨ, ਮੈਂ ਮਜ਼ਾਕ ਕਰਨਾ ਇੱਦਾਂ ਨਾਰਾਜ਼ ਹੋ ਜਾਂਦੀ, ਪਤਾ ਨਹੀਂ ਮੈਂ ਇਹਦਾ ਕੀ ਕਰਤਾ ਵਾ ਤੇ ਕੀ ਨਹੀਂ। ਵੀਰੋ ਨਹੀਂ ਇੱਦਾਂ ਨਹੀਂ ਹੈ ਵਾ ਵੀਰੋ, ਕੋਈ ਗੱਲ ਮੈਂ ਕਰਨਾ ਨਾ ਪੁੱਠੀ ਸਿੱਧੀ ਬੰਦੇ ਦੇ ਮੂੰਹ ਚ ਨਿਕਲ ਜਾਂਦੀ ਆ। ਇਹ ਸ਼ਾਦੀਆਂ ਤੇ ਫਿਰ ਪੂਰਾ ਮਹੀਨਾ ਨਹੀਂ ਬੋਲਦੀ, ਇੱਕ ਵਾਰੀ ਈਦ ਤੱਕ ਮੈਨੂੰ ਨਾਰਾਜ਼ ਹੋ ਗਈ, ਈਦ ਵਾਲੇ ਦਿਨ ਫਿਰ ਮੈਨੂੰ ਸੂਟ ਲੈ ਕੇ ਦਿੱਤਾ, ਹੋ ਗਈ ਸੀ ਦੇਖੋ ਸੂਟ ਪਿੱਛੇ ਰਾਜ਼ੀ ਹੋ ਗਈ ਸੀ। ਅੱਜ ਕੱਲ ਦਾ ਜ਼ਮਾਨਾ ਹੀ ਨਹੀਂ ਹੈ। ਅਸਤਗਫਿਰੁੱਲਾ ਵੀਰੋ, ਤੇਰੀ ਸਹੇਲੀ ਸਹੇਲੀ ਦੇ ਨਾਲ ਭੱਜੀ ਫਿਰਦੀ ਵੀਰੋ, ਇਹਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਕਸਮ ਲੈ ਲਓ ਸਾਰੀਆਂ ਝੂਠੀਆਂ, ਸਭ ਝੂਠ ਬੋਲਿਆ ਵਾ, ਕੋਈ ਗੱਲ ਇੱਕ ਵੀ ਹੁੰਦੀ ਨਾ ਸੱਚ ਬੋਲੀ ਹੋਏ, ਨਹੀਂ ਸਾਰੀਆਂ ਹੀ ਝੂਠੀਆਂ। ਸਾਰੇ ਸ਼ੇਟੀ ਕੋਈ ਵੱਡੀ ਝੂਠੀ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਠੀਕ ਹੋ ਗਿਆ ਮੇਰਾ ਵੀਰੋ, ਸ਼ਾਦੀਆਂ ਜਿਹੜੇ ਝੂਠ ਮਾਰ ਲਈਆਂ ਨਾ ਉਹਨਾਂ ਕੋਈ ਬੰਦਾ ਝੂਟਾ ਨਹੀਂ ਹੈ। ਹਾਂਜੀ ਵੀਰੋ, ਮਟਰਾਂ 'ਚ ਅਸੀਂ ਆ ਗਏ ਹਾਂ, ਠੀਕ ਹੋ ਗਿਆ। ਮਟਰ ਵਗੈਰਾ ਜਿਹੜੇ ਨੇ ਆਪਣੇ ਟੁੱਟ ਰਹੇ ਨੇ, ਤੁਹਾਨੂੰ ਦਿਖਾਉਂਦੇ ਹਾਂ, ਮਟਰ ਵਗੈਰਾ ਵੀ ਠੀਕ ਹੋ ਗਿਆ। ਤੇ ਇੱਧਰ ਸਾਡੇ ਕੋਲ ਦੇਖੋ ਛੱਲੀਆਂ ਵਗੈਰਾ ਪਈਆਂ ਹੋਣ, ਉਹ ਇਹ ਹਮਜ਼ਾ ਕਿੱਥੇ ਫੋਲਣ ਦਿਆ ਵਾ। ਵੀਰੋ ਤੁਹਾਨੂੰ ਬਿਲੂ ਕਲਰ ਦੀ ਕਮੀਜ਼ ਨਜ਼ਰ ਆ ਨਹੀਂ ਦੇਈ ਹੋਣੀ, ਨਹੀਂ ਹਾਂ ਦੇਖੋ ਚੱਲ ਆ ਹਮਦੇ ਨੂੰ ਲੱਭੀਏ, ਅੱਗੇ ਕੰਡੇ ਆ ਵੀਰੋ, ਥਾਰੀ ਮੇਰਾ ਹੱਥ ਪਕੜ, ਆ ਦੇਖੋ ਮੁਰਗਾ ਭੱਜ ਗਿਆ, ਹਮਦਾ ਭੱਜ ਗਿਆ, ਹਮਦਾ ਕਾਮਰੇ ਤੂੰ ਬਹੁਤ ਡਰਦਾ ਵਾ ਬਹੁਤ ਜ਼ਿਆਦਾ। ਅਸਤਗਫਿਰੁੱਲਾ, ਦੇਖੋ ਵੀਰੋ ਹਮਦਾ ਕਿੱਥੇ ਚਲਾ ਗਿਆ, ਤੈਨੂੰ ਕੀ ਹੋਇਆ ਹਮਦਾ, ਡਰ ਕਿਉਂ ਗਿਆ? ਉਹ ਦੇਖੋ ਮੇਰੇ ਵੱਟੇ ਮਾਰਨ ਦੀ ਸ਼ਰਮ ਨਹੀਂ ਹੁੰਦੀ, ਮੈਂ ਤੈਨੂੰ ਕੀ ਕਿਹਾ ਵਾ, ਮੈਂ ਤੈਨੂੰ ਕੀ ਕਿਹਾ, ਦੱਸ ਤਾਂ ਸਹੀ ਮੈਨੂੰ। ਵੀਰੋ ਜਿੰਨੀਆਂ ਗੱਲਾਂ ਕਰਨ ਦੀਆਂ ਸਾਰੀਆਂ ਝੂਠੀਆਂ, ਦੇਖੋ ਕਰਨ ਦੇਖੋ ਬਦਮਾਸ਼ੀ ਕਰਦਾ, ਬਦਮਾਸ਼ੀ ਕਿਉਂ ਕਰਦਾ ਤੂੰ ਵੀਰੋ, ਇਹ ਸਾਰਾ ਝੂਠ ਬੋਲੀ ਜਾਂਦੀ ਤੁਹਾਨੂੰ, ਆਹ ਵੇਖੋ ਆਹ ਵੇਖੋ ਵੀਰੋ ਮੂੰਹ ਤੇ ਲਿਖਿਆ ਝੂਠ। ਵੀਰੋ ਇਹਨੂੰ ਮੈਂ ਆਪਦਾ ਨਾ ਵੱਡਾ ਭਾਈ ਸਮਝਿਆ, ਹਾਲਾਂਕਿ ਮੈਂ ਤਾਂ ਛੋਟਾ ਹੋਇਆ, ਤੇ ਇਹਦੀਆਂ ਹੜਕਤਾਂ ਦੇਖੋ ਮਾਰਦਾ ਮੈਨੂੰ ਅੱਗੋਂ, ਦੇਖੋ ਮਟਰ ਖਾਣ ਦੀ ਭੁੱਖਾ ਭੁੱਖ ਲੱਗੀ, ਆ ਘਰ ਚਾਲ ਪੱਕੇ ਪਿਆ ਆ, ਚੱਲੀਏ ਤੈਨੂੰ ਬੁਲਾਉਣ ਆਏ ਸੀ ਸੱਚੀ।
ਮੈਂ ਕਿਹਾ ਵਲੌਗ ਵੀ ਬਣਾ ਲੈਣੇ ਸ਼ਰਮ ਨਹੀਂ ਆਉਂਦੀ। ਹਾਂਜੀ ਵੀਰੋ ਇੱਧਰ ਮੇਰੀ ਨਾਨੀ ਅੰਮੀ ਬੈਠੇ ਆ ਦੇਖੋ ਅੰਮੀ ਉਰੇ ਆਏ ਆ ਮਟਰ ਮਟਰਾਂ ਵਾਲ ਕੇ ਉਹ ਵੇਖਣ ਆਏ ਸੀ ਔਰਤਾਂ ਵਗੈਰਾ ਕੀ ਕਰ ਰਹੀਆਂ ਵਾ ਤੇ ਅੰਮੀ ਤੁਸੀਂ ਕੁਛ ਕਹੋਗੇ मैनू भुख लगी हुई चावल बने पे मैं हमजा ने बुलाया आया आके चावल खा ला खाना चावल चल आ चलिए चलो ਵੀਰੋ ਖਾਲਾ ਕਹਿੰਦੀ ਮੇਰੇ ਵਾਸਤੇ ਚਾਵਲ ਰੱਖਿਓ ਖਾਲਾ ਦੀ ਮੇਰੀ ਦੀ ਤਬੀਅਤ ਜਿਹੜੀ ਆ ਠੀਕ ਨਹੀਂ ਤੇ ਦੁਆ ਕਰੋ ਅੱਲਾ ਨੂੰ ਵੀ ਇਹਨਾਂ ਨੂੰ ਭਾਈ ਕੁਛ ਨਾ ਕਰੇ ਇਹ ਮੇਰੀ ਸਾਰਿਆਂ ਨਾਲ ਬੈਸਟ ਖਾਲਾ ਵਾ ਤੇ ਮਟਰ ਵਗੈਰਾ ਇਹ ਤੋੜ ਰਿਹਾ ਪਰ ਇਹਨੂੰ ਮੈਂ ਵਲੋਗ 'ਚ ਨਹੀਂ ਲਿਆਉਣਾ ਠੀਕ ਹੋ ਗਿਆ ਤੇ ਇਹਨਾਂ ਵਾਸਤੇ ਵੀ ਆਪਾਂ ਚਾਵਲ ਵਗੈਰਾ ਰੱਖਾਂਗੇ। ਹਾਂਜੀ ਵੀਰੋ ਹੁਣ ਅਸੀਂ ਘਰ ਵੱਲ ਜਾ ਰਹੇ ਹਾਂ ਇੱਧਰ ਆਓ ਜਿਹੜੇ ਜਿਹੜੇ ਮੇਰੇ ਨਾਲ ਜਾਣਦੇ ਆ। ਹਾਂਜੀ ਮੈਂ ਤੇ ਬਾਜ਼ੂ ਦੇ ਉੱਤੇ ਤੇਰੇ ਬਾਜ਼ੂ ਰੱਖ ਕੇ ਤੁਰਨਾ ਮੋਢੇ ਉੱਤੇ ਬਾਜ਼ੂ ਦੇ ਉੱਤੇ ਨਹੀਂ ਨਹੀਂ ਮੈਂ ਇਦਾਂ ਕਹਿੰਦੇ ਇਦਾਂ ਦੇਖੋ ਇਹਨੀ ਸ਼ਰਮ ਨਹੀਂ ਹੁੰਦੀ ਕਿੱਦਾਂ ਖੜੀ ਹੈ ਲੋਕ ਵੇਖਣਗੇ ਪਤਾ ਨਹੀਂ ਇਹ ਹੋਣ ਦੋਸਤੀਆਂ ਇਦਾਂ ਨਿਭਾਈਆਂ ਹੁੰਦੀਆਂ ਸਨਵਾਲ ਨਹੀਂ ਆਂਦਾ ਦੇਖੋ ਕਿੱਦਾਂ ਗੱਲਾਂ ਕਰਨ ਦੀ ਆ ਸ਼ਰਮ ਇਹਨੂੰ ਨਹੀਂ ਹੁੰਦੀ ਸ਼ਰਮ ਵੀਰੋ ਠੀਕ ਆ ਸਵੇਰ ਸਕੂਲ ਜਾਂਦਾ ਇਹਨੇ ਹਨਾ ਵੀਰੋ ਸ਼ਰਮ ਵਾਲੀ ਕਹਿ ਰਹੀ ਗੱਲ ਹੈ ਕਿ ਤੇ ਸਕੂਲ ਹੀ ਲੈ ਕੇ ਬਹਿ ਗਿਆ ਸਾਡੇ ਜੋੜਾਂ ਦੇ ਵਿੱਚ ਬੈਠਾ ਹੋਇਆ ਸੀ ਆ ਦੇਖੋ ਹਮਦਾ ਬਾਈ ਚਰਨ ਦੇ ਕੀ ਖਾ ਰਿਆ ਹੈ ਚਿਕਨ ਟਿੱਕਾ ਦਾਲ ਚਾ ਕੱਲਾ ਕੱਲਾ ਵੀਰੋ ਮੈਂ 15 ਦੀ ਲਿਆਂਦੀ ਇੱਕ ਨਾਨੀ ਅੰਮੀ ਨੇ ਦਿੱਤੀ ਇੱਕ ਸਾਰਿਸ਼ ਲੈ ਲਈ ਇੱਕ ਸੰਦਾ ਲੈ ਲਈ ਦੇਖੋ ਇਹ ਤੇ ਚਿਕਨ ਟਿੱਕਾ ਦਾਲ ਮੋਟਾ ਵਾ ਇਹਨੇ ਤੁਹਾਨੂੰ ਮੋਟਾ ਨਹੀਂ ਦੱਸਿਆ ਕਿਉਂਕਿ ਤੁਸੀਂ ਇਹਨੂੰ ਮਜ਼ਾਕ ਬਣਾਣਾ ਕਿ ਇਹ ਮੋਟਾ ਹੈ ਵਾ ਦੇਖੋ ਵੀਰੋ ਹਮਦਾ ਤੁਹਾਨੂੰ ਤੁਸੀਂ ਦੱਸੋ ਕਿੱਥੋਂ ਮੋਟਾ ਲੱਗਦਾ ਹੈ ਕਿੱਥੋਂ ਮੋਟਾ ਲੱਗਦਾ ਤੂੰ ਤੋਬਾ ਹਾਂ ਹਾਂਜੀ ਵੀਰੋ ਹਮਜ਼ਾ ਨੂੰ ਜ਼ਰਾ ਸ਼ਰਮ ਨਹੀਂ ਆਉਂਦੀ ਮੁਰਗੀ ਤਰ੍ਹਾਂ ਪਤਲਾ ਹੁੰਦੇ ਪੈਰਾਂ ਹੁੰਦੇ ਹਮਦਾ ਪਤਲਾ ਵਾ ਤੇ ਕਹਿੰਦਾ ਮੈਂ ਤਾਂ ਬਹੁਤ ਜ਼ਿਆਦਾ ਮੋਟਾ ਵਾਂ ਬਹੁਤ ਹੀ ਜ਼ਿਆਦਾ ਹਾਂਜੀ ਵੀਵਰਾ ਸਾਡੀ ਮੋਟੀ ਦਾਲ ਜਿਹੜੀ ਆ ਉਹਨਾਂ ਲਿਖਿਆ ਚਿਕਨ ਟਿੱਕਾ ਦਾਲ ਮੋਟਾ ਕਿੱਥੋਂ ਮੋਟੀ ਆ ਇੰਨੀ ਪਤਲੀ ਆ ਵਾ ਦੇਖੋ ਖੋਲ ਕੇ ਦਿਖਾ ਖੋਲ ਕੇ ਦਿਖਾਉਨੇ ਆ ਦੇਖੋ ਵਿੱਚੋਂ ਨਿਕਲਣੀ ਕਿੰਨੀ ਕੁ ਹੈ ਬੱਚਿਆਂ ਦੇ ਲੁੱਟਾਂ ਨਾਲ ਗੱਲ ਹੋਈ ਖੜੀ ਆ ਹਮਜ਼ਾ ਕੀ ਹੋਇਆ ਤੈਨੂੰ ਹੁਣ ਕੁਛ ਨਹੀਂ ਕੁਛ ਤੇ ਹੋਇਆ ਡਿੱਗਣ ਲੱਗਿਆ ਸੀ ਹੈ ਓਏ ਹਾਂ ਕੀ ਹੋਇਆ ਲੜ ਪਿਆ ਕਿਉਂ ਐਦਾਂ ਪਿੱਛੇ ਚਲੋ ਦਾਲ ਕਿੰਨੀ ਨਿਕਲ ਆਈ ਦੇਖੋ ਮਾਸ਼ਾਅੱਲਾ ਓਏ ਪਿੱਛੇ ਤਾਂ ਦੇਖ ਲਾ ਉਹ ਵੀਰ ਕਹਿੰਦੇ ਹਮਜ਼ਾ ਨੂੰ ਕੀ ਹੋ ਗਿਆ ਹੈ ਹਮਜ਼ਾ ਤਾਂ ਐਦਾਂ ਹੀ ਡਰਾਮੇ ਲਾਉਂਦਾ ਰਹਿੰਦਾ ਓਏ ਵੀਰ ਜਿੰਨਾ ਡਰਾਮੇ ਬਾਅਦ ਹਮਜ਼ਾ ਵਾ ਨਾ ਕਸਮ ਲੈ ਲਓ ਉਹਨਾਂ ਕੋਈ ਨਹੀਂ ਆ ਜਿਹਦਾ ਮੇਰਾ 1000 ਸਬਸਕ੍ਰਾਈਬਰ ਮੁਕੰਮਲ ਹੋਇਆ ਸੀ ਨਾ ਇਹਨੇ ਮੈਨੂੰ ਇੰਨਾ ਜ਼ਲੀਲ ਕੀਤਾ ਕਹਿੰਦਾ ਮੈਂ ਤੈਨੂੰ ਗਿਫਟ ਦਊਂਗਾ ਮੈਂ ਕਿਹਾ ਚੱਲ ਠੀਕ ਹੈ ਤੂੰ ਮੈਨੂੰ ਨਾ ਗਿਫਟ ਦੇਈ ਮੇਰਾ ਬਾਜ਼ੂ ਦਰਦ ਕਰਨਾ ਪਿਆ ਹੋਏ ਹੋਏ ਤੇ ਮੈਂ ਕਿਹਾ ਚੱਲ ਠੀਕ ਹੈ ਤੂੰ ਮੈਨੂੰ ਗਿਫਟ ਦੇਈ ਐਡਾ ਕੰਜੂਸ ਆ ਨਾ ਇਹਨੇ ਕੇਕ ਵਗੈਰਾ ਖਾ ਲਿਆ ਗਿਫਟ ਮੇਰਾ ਦਿੱਤਾ ਨਹੀਂ ਇਹਨੇ ਵੀ ਨਹੀਂ ਦਿੱਤਾ ਠੀਕ ਹੋ ਗਿਆ ਨਾ ਵੀਰੋ ਜਿਹੜੇ ਖੁਦ ਭੁੱਖੇ ਆ ਉਹਨਾਂ ਕਿਸੇ ਨੂੰ ਕੀ ਦੇਣਾ ਉੱਚੀ ਕਹਿ ਜਿਹੜੇ ਖੁਦ ਭੁੱਖੇ ਆ ਉਹਨਾਂ ਕਿਸੇ ਨੂੰ ਕੀ ਦੇਣਾ ਨਹੀਂ ਨਹੀਂ ਅਸਤਗਫਿਰੁੱਲਾ ਵੀਰੋ ਇਦਾਂ ਦੀ ਕੋਈ ਗੱਲ ਨਹੀਂ ਆ ਇਹ ਸਾਰਿਸ਼ ਬਹੁਤ ਜ਼ਿਆਦਾ ਬਦਤਮੀਜ਼ ਆ ਤੇ ਆਓ ਹੁਣ ਘਰ ਚੱਲਦੇ ਆ ਚਾਵਲ ਵਗੈਰਾ ਖਾਣੇ ਆ ਤੇ ਉੱਥੇ ਤੁਹਾਨੂੰ ਅਸਲਾਮ ਅਲੈਕੁਮ ਮੇਰੇ ਵੀਰੋ ਕੀ ਹਾਲ ਤੁਹਾਡਾ ਵੇਖੋ ਵੀਰੋ ਹੁਣ ਧੁੱਪ ਗਰਮੀ ਆ ਗਈ ਹੁਣ ਧੁੱਪ ਬਹੁਤ ਲੱਗੀ ਹੈ ਦੇ ਛਾਂ ਦੇ ਵਿੱਚ ਵਲੌਗ ਮੇਰਾ ਵਾ ਹਮਜ਼ਾ ਕਹਿੰਦਾ ਮੋਬਾਈਲ ਮੈਨੂੰ ਪਕੜਾ ਹਮਜ਼ਾ ਨੂੰ ਕੈਮਰਾ ਨਹੀਂ ਆਨ ਕਰਨਾ ਹੁੰਦਾ ਹੈ ਹਮਜ਼ਾ ਕੀ ਆ ਕੈਮਰਾ ਪਿੱਛੇ ਰੱਖ लिया फड़िए मैं चला लगा मेरा अगे कैमरे ते हाथ आ गया ਮੈਂ ਕਿਹਾ ਲੈ ਲੋ ਹੁਣ ਮੈਨੂੰ ਫੋਨ ਨਹੀਂ ਚਲਾਣਾ ਆਉਂਦਾ ਮੈਨੂੰ ਭੰਨਾ ਲਗਾ ਕਹਿੰਦੀ ਨਹੀਂ ਨਹੀਂ ਮੇਰੀ ਮਿੰਤ ਹਾਂਜੀ ਵੀਰੋ ਮੈਂ ਤੇ ਮੇਰਾ ਕਜ਼ਨ ਹਮਜ਼ਾ ਅਸੀਂ ਆ ਕੇ ਬੈਠ ਤੇ ਬੈਠ ਗਏ ਆ ਦੇਖੋ ਹਮਜ਼ਾ ਭਾਈ ਆ ਸਾਹਮਣੇ ਸਾਰੇ ਚਾਵਲ ਲੈ ਕੇ ਆ ਰਹੀ ਹੈ ਪਿੱਛੇ ਪਿੱਛੇ ਕੈਮਰਾ ਹੋਰ ਇੱਥੇ ਬੈਠ ਇੱਥੇ ਰੱਖ ਦੇ ਆਪਾਂ ਇੱਕ ਪਲੇਟ ਚ ਖਾਵਾਂਗੇ ਠੀਕ ਆ ਅੱਲਾ ਹਮਜ਼ਾ ਤੇ ਕੀ ਕਹਿਣਾ ਕਹਿ ਵੀਰੋ ਹਾਂਜੀ ਵੀਰੋ ਅਸੀਂ ਚਾਵਲ ਲੈ ਆਏ ਇੱਕ ਤੇ ਕੋਈ ਚਾਵਲ ਵੀ ਨਹੀਂ ਪਾ ਕੇ ਦਿੰਦਾ ਸੀ ਬਸ ਲੈ ਆਏ ਧੱਕੇ ਨਾਲ ਹੁਣ ਬਹਿ ਕੇ ਖਾਣੇ ਆ ਹਾਂਜੀ ਵੀਰੋ ਅਗਰ ਮੇਰੇ ਕਿਸੇ ਬਹਿਣ ਭਾਈ ਨੇ ਚਾਵਲ ਖਾਣੇ ਆ ਤਾਂ ਚਾਵਲ ਦਿਖਾਈਏ ਮਾਸ਼ਾਅੱਲਾ ਬੜੇ ਜ਼ਬਰਦਸਤ ਪਕਾਏ ਆ ਇਹ ਵੀ ਮੈਂ ਪਕਾਏ ਆ ਇਹ ਖਾਣੇ ਆ ਅਸੀਂ ਵੀ ਤੁਹਾਡੇ ਵੀਵਰ ਤਾਂ ਤੁਹਾਨੂੰ ਵੀ ਚੈੱਕ ਕਰਾਇਆ ਕਰੋ ਕੁਝ ਦੇਖੋ ਵੀਵਰ ਆਪਾਂ ਕੋਈ ਨਹੀਂ ਆਇਆ ਤੁਸੀਂ ਤੁਹਾਡੇ ਹੱਲੇ ਮੈਂ ਨਾ हांजी वीरा अगर चावल साने बड़े जबरदस्त बने ने हां
ਹਾਂਜੀ ਵੀਵਰਾ ਇਹ ਨਾ ਮੈਂ ਨਾ ਬਾਬਾ ਜੋੜੇ ਵੀਰ ਗਿਆ ਸੀ ਤੇ ਉੱਥੇ ਪਈ ਸੀ ਮੈਂ ਕਿਹਾ ਤਿੰਨ ਜਣੇ ਬਹਿ ਕੇ ਖਾ ਲਾਂਗੇ ਉੱਥੇ ਮੈਂ ਚੁੱਕ ਲੈਂਦੀ ਮੈਂ ਕਿਹਾ ਇਹਨਾਂ ਨੇ ਮੇਰੀ ਨਾ ਪਲੇਟ ਤੇ ਆਣਾ ਮੇਰੀ ਪਲੇਟ ਵਾ ਛੋਟੀ ਤੇ ਉੱਥੋਂ ਮੈਂ ਚੁੱਕ ਲਾਂਗਾ ਸੀ ਇੱਕ ਹੋਰ ਮਹਿੰਗੀ ਸੀਗੀ ਤੇ ਮੈਂ ਆਹ ਲੈ ਲਈ ਮੈਂ ਕਿਹਾ ਤਿੰਨ ਜਣੇ ਬਹਿ ਜਾਣਗੇ ਮੈਂ ਇਕੱਲਾ ਖਾਵਾਂਗਾ ਅਸਤਗਫਿਰੁੱਲਾਹ ਨਾਲੇ ਸਾਡਾ ਮਜ਼ਾਕ ਬਣਾਤਾ ਅਗਰ ਮੈਂ ਕਿਸੇ ਭੈਣ ਭਾਈ ਨੇ ਖਾਣੀ ਆਏ ਆਓ ਬਿਸਮਿਲ੍ਲਾ ਮਿਲ ਕੇ ਖਾਣੇ ਆ ਤੇ ਚਾਵਲ ਬਣਾਇਆ ਮੰਮਾ ਨੇ ਖੁਸ਼ਬੂ ਬਹੁਤ ਬਹੁਤ ਮਜ਼ੇਦਾਰ ਪਿਆਰੀ